पंजाब दे असीं तुहाडे जो गल्लां लैणगे तुहानूं सुणाउणी है, पर हर गीत कोशिश करी दी है कि एक पात्र चंगा समझावे एक बुरा समझावे। खाण पीन वाला बंदा सामने दे घर वाली नूं समझाउंदी रहिंदी है। सो अगली गल कर लगे, अजकल जदों नवा नवा बंदे दा विआह हुंदा ना, पता नहीं पिंड वाले जो साथ च बैठे तो फिर स्कीमां बड़ियां दसदे आ वी घर वाली ते रोब हुणे पा ला मुड़ के भरावा, जे ये रोह पा जाती बंदा सूत नहीं आता मुड़ के सारी उम्र। हुण पता नहीं क्योंकि बाबे नानक जी ने बड़ी उपमा की औरत दी, पर पता नहीं साडे पंजाब च हैगा वी घर वाली ते जिहड़े बंदे दा रोह पा उहदी टौर बत है। ਐਵੇਂ ਮੇਰੇ ਵਰਗਾ ਨਾਲੇ ਘਰੋਂ ਡਰਦਾ ਹੁੰਦਾ ਨਾਲੇ ਬਾਹਰ ਲੈਂਦੀ, ਫਿਰ ਬਾਹਰ ਲੈ ਜਿਹੜੇ ਫਾਰਮੂਲੇ ਦੱਸਦੇ ਆ ਨਾ ਫਿਰ ਵਰਤ ਕੇ ਵੇਂਦਾ ਜਾ ਕੇ, ਪਹਿਲਾਂ ਜਾ ਕੇ ਬਾਹਰ 'ਚ ਵੜਦੇ ਮਾਰੂ ਲਾਲ ਕਰ ਕਹਿੰਦਾ ਪਾਣੀ ਪੂਣੀ ਤੱਤਾ ਕੀਤਾ ਕਿ ਨਹੀਂ। ਮੈਂ ਪੁੱਛਦੀ ਹਾਂ ਤੇਰਾ ਦਿਮਾਗ ਸੈੱਟ ਹੈ? ਗਰਮ ਪਾਣੀ ਨਾਲ ਕੌਣ ਨਹਾਉਂਦਾ ਗਰਮੀ 'ਚ? ਉਹ ਮੈਂ ਤਾਂ ਹੀ ਤੈਨੂੰ ਕਿਹਾ ਨਾ ਕਰੀ, ਐਵੇਂ ਕਿਤੇ ਤੱਤਾ ਕਰਦੇ ਹੋਰ ਪਿੰਡਾਂ ਸਾੜ ਦੇ, ਮੈਂ ਤਾਂ ਠੰਡੇ ਨਾਲ ਨਹਾਉਂਗਾ, ਡਰ ਗਿਆ। ਥੋੜ੍ਹੇ ਚਿਰ ਬਾਅਦ ਫਿਰ ਲੱਸ ਜੀ ਉੱਡਦੀ, ਫਿਰ ਮਾਰਦਾ ਲੜ ਕਰ ਉਹ ਦਾਲ ਦੂਲ ਤੱਤੀ ਕੀਤੀ ਕਿ ਨਹੀਂ? ਦਾਲ ਤਾਂ ਨਹੀਂ ਤੱਤੀ ਕੀਤੀ, ਨਹੀਂ ਤਾਂ ਅੱਜ ਦੱਸ ਹੀ ਦੇ ਕੀ ਕਰੇਗਾ। ਮੈਂ ਕਿਹਾ ਚਿਪੜਾਂ ਦੀ ਚਟਨੀ ਪਈ ਉਹਦੇ ਨਾਲ ਖਾਵਾਂਗੀ, ਕਿੱਡੀ ਸਵਾਦ ਹੈ। ਐਵੇਂ ਦਾਲ ਤੱਤੀ ਕਰਦੀ ਫਿਰ ਗਰਮੀ ਹੈਗੀ ਹੈ, ਰੋਟੀ ਕਾਹਦੀ ਖਾਣੀ ਭਾਅ ਜੀ, ਬੇਇੱਜ਼ਤੀ ਹੋ ਗਈ। ਆ ਗੁਆਂਢਣ ਆਂਢਣ ਨੇ ਸਕੀਮ ਦੱਸੀ, ਕਹਿੰਦੀ ਭੈਣੇ ਕੀ ਹੋ ਗਿਆ, ਸੁਗਦੀ ਤੁਰੀ ਜਾਂਦੀ ਹੈ, ਸੱਜ ਵਿਆਹੀਆਂ ਨਹੀਂ, ਟੌਰ ਸ਼ਾਰੋ ਕੱਢ ਕੇ ਰੱਖਿਆ ਕਰਕੇ ਦੀ ਕੀ ਦੱਸਾਂ ਭੈਣੇ, ਬੰਦਾ ਹੀ ਬੜਾ ਗਰਮ ਮਿਲ ਗਿਆ। ਬਾਹਰੋਂ ਆਉਂਦਾ ਪਾਣੀ ਤੱਤਾ ਕਰਦੇ, ਦਾਲ ਤੱਤੀ ਕਰਦੇ, ਰੋਹ ਬਹੁਤ ਮਾਰਦਾ। ਇਹ ਕਹਿੰਦੀਆਂ ਨਹੀਂ ਭੈਣੇ ਐਂ ਕਰਦੇ ਹੁੰਦੇ ਬੰਦੇ, ਬਾਲਾ ਨਾ ਡਰਿਆ ਕਰ, ਤੇਰੇ 'ਚ ਵੀ ਜਾਣਾ, ਤੂੰ ਵੀ ਅਗਵਾਨੇ ਜੇ ਕੱਢਿਆ ਕਰ ਭੈਣੇ, ਬੰਦੇ ਛੂ ਛੱਪਾ ਜਿਹਾ ਕਰਨਾ ਪੈਂਦਾ, ਐਂ ਨਹੀਂ ਸੂਤ ਆਉਂਦੇ ਬੰਦੇ। ਹੁਣ ਇੱਕ ਵਿੱਚ ਬੇਬੇ ਬੈਠੀ ਸੀ 70 ਸਾਲ ਦੀ, ਉਹਨੇ ਆਪਦੀ ਸਕੀਮ ਦੱਸਦੀ, ਕਹਿੰਦੀ ਪੁੱਤ ਤੇਰੇ ਵਾਲਾ ਬਾਪੂ ਵੀ ਨਾ ਜਵਾਨੀ ਵੇਲੇ ਐਂ ਕਰਦਾ ਹੁੰਦਾ ਸੀ, ਆ ਮੈਂ ਤਾਂ ਪੁੱਤ ਇੱਕ ਵਾਰੀ ਵੇਲ ਨਾ ਵਿਖਾ ਤਾ, ਮਰਨੋਂ ਮਰ ਗਿਆ, ਮੇਰੇ ਮੂਹਰੇ ਅੱਖ ਹੀ ਨਹੀਂ ਚੱਕੀ। ਰਾਧਾ ਚਵੜੇ ਆਇਆ ਉਹ ਤਾਂ, ਉਹਨੇ ਹੁਣ ਫਾਰਮੂਲਾ ਨੋਟ ਕਰ ਲਿਆ, ਆਪਣੇ ਵਾਲੇ ਬਾਈ ਨੂੰ ਪਤਾ ਨਹੀਂ ਵੀ ਇਹਨੂੰ ਸਕੀਮ ਕਿਸੇ ਨੇ ਦੱਸੀ। ਉਹ ਫਿਰ ਰੋਜ਼ ਦਾ ਅੱਗੇ ਜੀ ਆਉਂਦਾ, ਆ ਕੇ ਮਾਰਦਾ ਬੂਹੇ 'ਚ ਲੱਤ ਨੇ ਕਈ ਬੁਲਬਲੇ, ਕਹਿੰਦਾ ਬੂਹੇ 'ਚ ਲੱਤ ਨੇ ਕਈ ਬੁਲਬਲੇ, ਕਹਿੰਦਾ ਬੂਹੇ। ਉਹਨੇ ਤੱਤੀ ਤੱਤੀ ਰੋਟੀ ਲਾ ਕੇ ਥਾਲੀ 'ਚ ਰੱਖ ਦਈ, ਆਪਣੇ ਵਾਲੇ ਬਾਈ ਨੇ ਚੱਕੀ, ਉਹਨੇ ਆਖਿਆ ਮਾਰੀਏ ਰੋਬ। ਉਹ ਕਹਿੰਦਾ ਤੈਨੂੰ ਪਤਾ ਨਹੀਂ ਇਹ ਕੱਚੀ ਆ। ਉਹਨੇ ਹੌਲੀ ਕਿਤੇ ਨੇ ਬੇਬੇ ਵਾਲਾ ਹਥਿਆਰ ਚੱਕ ਲਿਆ, ਵੇਲਣਾ ਪਿਆ ਸੀ ਕੋਲੇ, ਕਹਿੰਦੀ ਕੀ ਆਖਿਆ ਜੀ ਮੈਨੂੰ ਸੁਣਿਆ ਨਹੀਂ? ਅੱਖਾਂ ਮਨ ਲੱਗਾ, ਕਹਿੰਦਾ ਸੋਰੀ ਆ ਤੈਨੂੰ ਸੁਣਿਆ ਨਹੀਂ, ਮੈਨੂੰ ਦਿਸਣੋਂ ਹਟ ਗਿਆ, ਚੰਗਾ ਬੜਾ ਕੰਮ ਚੱਲੀ ਜਾਂਦਾ ਸੀ, ਆਹ ਕਿਹਨੇ ਪੁੱਠੀ ਮੱਤ ਪੜਾ ਤੀ, ਹੁਣ ਖਹਿੜਾ ਛਡਾਉਣਾ ਔਖਾ ਹੋ ਗਿਆ ਬੰਦਾ, ਫਿਰ ਬੇਇੱਜ਼ਤੀ ਵੀ ਹੁੰਦੀ ਹੈ ਨਾ, ਖਹਿੜਾ ਰੋਟੀ ਕਾਹਦੀ ਖਾਣੀ ਸੀ, ਕਹਿੰਦਾ ਕੌਲੀ ਨਾ ਹੋਵੇ ਤਾਂ ਮੈਂ ਤੈਨੂੰ ਐਂ ਥੋੜ੍ਹਾ ਕਿਹਾ ਕੱਚੀ ਹੈ, ਨਹੀਂ 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 ਤੂੰ ਨਾ ਮੈਲ ਜੀ ਕਢਾ ਕਰਨਾ ਜੇ ਤੈਨੂੰ ਸੁਣਦਾ ਘੱਟ, ਮੈਂ ਤਾਂ ਐਂ ਕਿਹਾ ਸੀ ਤੱਤੀ ਹੈ, ਠਾਰ ਕੇ ਬੇਜਾ ਤੈਨੂੰ ਕੱਚੀ ਸੁਣ ਗਿਆ, ਗੁੱਸਾ ਨਾ ਕਰਿਆ ਕਰ। ਰੋਟੀ ਕਾਹਦੀ ਖਾਣੀ ਸੀ, ਜਾ ਕੇ ਮੰਜੇ 'ਤੇ ਪੈ ਗਿਆ, ਪਿਆ ਪੈਗਣ ਦਾ ਬਾਲੇ ਕਿੰਨੇ, ਬਲਦ ਵਾਲੇ ਭੁਮੱਕੜ ਕਿੰਨੇ ਫਿਰਦੇ, ਟਾਈਮ ਕਿੱਥੋਂ ਟੱਪੇ, ਬੇਇੱਜ਼ਤੀ ਹੋ ਗਈ, ਪਾਏ ਪਏ ਨੂੰ ਡਾਂਗ ਦਿਸ ਜਾਂਦੀ ਹੈ। ਹੁਣ ਪੰਜਾਬੀ ਬੰਦੇ ਨੂੰ ਡਾਂਗ ਦੇਖ ਜੇ ਨਾ ਦੁੱਗਣਾ ਹੌਸਲਾ ਫੇਰ ਹੋ ਜਾਂਦਾ, ਉਹੀ ਸ਼ਕਤੀ ਫੇਰ ਆ ਗਈ ਜਿਵੇਂ ਪੰਜਾਬੀ ਫਿਲਮਾਂ 'ਚ ਗੂ ਗੂ ਗਿਲੇ ਤੁਰਦਾ, ਫਿਰ ਐਂ ਕਮਰੇ 'ਚ ਬਾਹਰ ਆਉਂਦਾ, ਫਿਰ ਦੁਬਾਰਾ ਸ਼ਕਤੀ ਆ ਜਾਂਦੀ ਹੈ। ਨਹੀਂ ਰਾਜੇ, ਆ ਜਿਹੜੀਆਂ ਗੁਆਂਢਣ ਨੇ ਸਕੀਮ ਦੱਸੀ ਹੁੰਦੀ ਨਾ, ਦੂਜੇ ਘਰ ਦੀ ਖੁਰਲੀ 'ਤੇ ਚੜ੍ਹ ਜਾਂਦੀਆਂ, ਫਿਰ ਲਾਈਵ ਦੇਖਦੀਆਂ ਕਿੱਥੇ ਕਿੱਥੇ ਪੈਂਦੀਆਂ, ਫਿਰ ਅਗਲੇ ਦਿਨ ਪਤਾ ਸਵਾਦ ਲੈ ਲੈ ਦੱਸਦੀ, ਨਹੀਂ ਭੈਣੇ ਜਿਹੜੀ ਤੇਰੀ ਪਹਿਲੀ ਵੱਜੀ ਨਹੀਂ ਭੈਣੇ, ਮੈਂ ਤਾਂ ਆਖਾਂ ਤੂੰ ਮਰ ਗਈ, ਨਹੀਂ ਤੇਰੀ ਚੀਕ ਨਿਕਲੀ ਭੈਣੇ ਮੈਂ ਹੁੰਦੀ ਮੈਂ ਤਾਂ ਮਰ ਜਾਂਦੀ। ਲੋਕ ਤੁਹਾਡੀ ਲੜਾਈ 'ਚੋਂ ਸਵਾਦ ਲੈਣ ਲੱਗ ਗਏ, ਫਿਰ ਨੈੱਟ 'ਤੇ ਵੀ ਪਾ ਦਿੰਦੇ ਨਾ ਲੜਿਆ ਕਰੋ। ਹੁਣ ਛੋਟਾ ਦਿਓਰ ਭੱਜ ਕੇ ਬਾਹਰ ਆ ਗਿਆ, ਕਹਿੰਦਾ ਕੀ ਹੋ ਗਿਆ ਭਾਬੀ? ਉਹਦੇ ਕੋਲ ਸ਼ਿਕਾਇਤ ਲਾਉਂਦੀ ਹੈ, ਕਹਿੰਦੀ ਹੈ ਵੀ ਇਹ ਲੜੀ ਜਾਂਦਾ, ਨੇੜੇ ਹੀ ਪੇਕੇ ਹੁੰਦੇ, ਫੋਨ ਕਰ ਦਿੰਦਾ ਵੀ ਆਪਦੇ ਵਾਲੀ ਨੂੰ ਤੁਸੀਂ ਲੈ ਜਾਓ, ਮੈਂ ਆਪਦੇ ਵਾਲੀ ਨੂੰ ਸੰਭਾਲਦਾ, ਤੁਸੀਂ ਇਹਨੂੰ ਸੰਭਾਲੋ। ਉਧਰੋਂ ਭਰਾ ਦਾ ਫੋਨ ਆ ਜਾਂਦਾ, ਕਹਿੰਦਾ ਗੁੱਡੀਏ ਤਿਆਰ ਹੋ ਜਾ, ਤੈਨੂੰ ਮੈਂ ਲੈ ਜਾਣਾ ਇਹਨੂੰ ਗੁੱਡੀ ਦਾ ਪਰਾਉਣਾ, ਫਿਰ 4 ਬੰਦੇ ਲਿਆ ਕੇ ਬਣਾਵਾਂਗੇ, ਬਾਅਦ 'ਚ ਬਣਾਵਾਂਗੇ, ਕਿਹੜਾ ਤੈਨੂੰ ਕਿਹੜਾ ਲੈ ਜਾ ਮੈਂ। ਹੁਣ ਵਿਚਾਰੀ ਨੂੰ ਐਂ ਵੀ ਮਾਂ ਕੋਲ ਜਾਣਾ, ਵਿਚਾਰੀ ਮੂੰਹ ਮੱਥਾ ਜਿਹਾ ਸਵਾਰ ਲੱਗਦੀ ਹੈ, ਜੇ ਸ਼ੀਸ਼ੇ ਮੂਹਰੇ ਖੜੀ ਹੈ ਆਪਣੇ ਵਾਲਾ, ਫਿਰ ਪਹੁੰਚ ਜਾਂਦਾ, ਕਹਿੰਦਾ ਘਰੇ ਬੈਠੀ ਰਹਿੰਦੀ ਹੈ ਤੂੰ ਵਾਲ ਜੇ ਖੰਡਾ ਕੇ, ਹੈ ਪੇਕੀ ਤੁਰ ਜਾਂਦੀ ਹੈ, ਯਕੀਨੀ ਪੂਰੀ ਲਾ ਕੇ ਤੇਰੀਆਂ ਯਕੀਨੀਆਂ ਦਾ ਸਾਨੂੰ ਕੀ ਹੈ ਭਾ, ਹਰ ਵੇਲੇ ਰਹਿੰਦਾ ਤੈਨੂੰ ਪੇਕਿਆਂ ਦਾ ਚਾ। ਖੜ ਜਾ ਮੈਂ ਦੱਸਦੀ ਹਾਂ ਤੈਨੂੰ ਕਾਹਦਾ ਕਾਹਦਾ ਰਹਿੰਦਾ, ਯਕੀਨੀ ਲਾਉਣੀ ਆ ਭੋਰਾ, ਤੂੰ ਵੀ ਲਾ ਲਿਆ ਕਰ, ਮੈਂ ਰੋਕਦੀ ਹਾਂ। ਨਹੀਂ ਰਾਜੇ, ਨੇੜੇ ਹੀ ਲੈਣਾ ਚੱਕ ਕੇ ਮਾਰੂ ਡਾਲਾ ਗੱਡੀ ਦੇ, ਕੋਈ ਤੈਨੂੰ ਕੋਈ ਨਹੀਂ ਆਉਂਦਾ। ਘਰੇ ਬੈਠੀ ਰਹਿੰਦੀ ਹੈ ਦੁਆਲ ਜੇ ਖੰਡਾ ਕੇ, ਪੇਕੀ ਤੁਰ ਜਾਂਦੀ ਹੈ ਯਕੀਨੀ ਪੂਰੀ ਲਾ ਕੇ।
घरे बैठी रही दवाल जे खंडा के पिकी दूर जानी है शकीनी बुरी लागे तेरिया शकीनिया का सानू की पानी बिलो तेरिया शकीनिया का सानू की पानी बिलू हर वेड़े रहा तेन हर वेड़े रहा तेन पेकियां का चा हर वेड़े रहा मेरे सोहरिया का चा होया फिर चन्ना वे तू बेपरवा होया फिर चन्ना वे तू बेपरवा वे तैनू बापू इन पैसे नहीं सी देने इन्हें फिर पी लैनी है सरदार इंद्र सिंह बराड़ जी बहुत मान करते हैं थैंक यू जी है पता मैनू हुण जा वजना ने ठेके दे एवी इन पैसे देते तेनू हर वेले दारू दिया हर वेले रहिंदा तेनू ठेकियां दा हर वेले रहिंदा तेनू बोतलां दा जा कल पटवारी बाई खेड़े पै गया इन विच बस तू डफण बह गया कल पटवारी बाई खेड़े पै गया इन विच बस तू डफण बह गया कल पटवारी बाई खेड़े पै गया इन विच बस तू डफण बह गया होया की लए जे मैं दोग पैगला होया की लए जे मैं दोग पैगला जान दिया तेनू ਇਹਦੀ ਉਹ ਗੱਲ ਆ ਕਿ ਮੈਂ ਦਰਿਆਵਾਂ ਦੇ ਦਰਿਆ ਵੀ ਜਾਂ ਬੁੱਲ ਫਿਰ ਵੀ ਸੁੱਕੇ ਦੇ ਸੁੱਕੇ ਕਹਿੰਦਾ ਦੋ ਪੈਗ ਲਾਏ ਆ ਤੈਨੂੰ ਹਰ ਵੇਲੇ ਦਾਰੂ ਦੀਆਂ ਹਰ ਵੇਲੇ ਰਹਿੰਦਾ ਤੈਨੂੰ ਪੇਕਿਆਂ ਹਰ ਵੇਲੇ ਰਹਿੰਦਾ ਤੈਨੂੰ ਠੇਕਿਆਂ ਦਾ ਚਾ ਹੋ ਗਈ ਮੇਰੇ ਵੀਰੇ ਦੀ ਪੱਕ ਠੱਕ ਵੇ ਲਓ ਬਾਈ ਹੁਣ ਬੰਦਾ ਜਦੋਂ ਪੀਂਦਾ ਖਾਂਦਾ ਹੋਵੇ ਨਾ ਤੇ ਘਰ ਵਾਲੀ ਨਾਲ ਘੱਟ ਬਣਦੀ ਫਿਰ ਲੜਾਈ ਦੇ ਬਹਾਨੇ ਪਾਲਦਾ ਰਹਿੰਦਾ ਹੈ वैसे तो घर वालियां भी बेनती भी जो बंदे की पीती हो ना उदो ना बोलिया करो तड़के उठ के समझा लिया करो उदो तो बल्दी दे तेल पाने वाला काम होंदा ऐ पेट्रोल ही होंदा नेरा जदों असीं किसी शराबी बंदे नूं समझाउणे कोई फायदा नहीं होंदा नाले आप दा खून साड़दी है चुप कर जा करो तड़के उठ के गल करिया करो ये हुण रौला पैंदा वेखो वह टालदा हुण उहदे भरा दा विआह बज गया पता भी खर्चा कराऊगी हुण उहने विआह ते जाणा नहीं फिर बहाने की बणाउंदा सुणे जरा गौर नाल होगी मेरे वीरे दी पक्क ठक वे आखेंगी मेरा नहीं होना रहिंदा नक वे होगी मेरे वीरे दी पक्क ठक वे आखेंगी मेरा नहीं होना रहिंदा नक वे अगले महीने अगले महीने अगले महीने मेरे वीर दा विआह अगले महीने मेरे वीर दा विआह ताइयों हर वेले रहिंदा तैनूं हर वेले रहिंदा मेरे सोहरियां दा चा हर वेले रहिंदा तैनूं पेकियां दा चा कल नू जन्म दिन पूरी गल सुन लिया कर मैं तेनू कहला समझा के टाइम लड़ाई उदो नहीं पाई दी थी कल नू है जन्मदिन अज नहीं पींदा कल नू जन्म दिन पूरी बाई दा एदा जे गवांडियां दे बुढ़े दे भोग दे गया हुंदा तां भी पी के आउंदा जन्मदिन ते किथे मुड़े आएगा पता बापू दा किन्ना दुख हुंदा पीणी पैंदी है वड्डा कीता सीगा ओ तैनू तां मैं पीण दा बहाना चाहीदा कल पटवारी बाई खेड़े पै गया कल नू जन्म दिन पूरी बाई दा मैं पहले ही कहा कि घट पिया कर भुल जाना फिर तेनू तां मैं पीण दा बहाना चाहीदा कल नू जम्मण दिन पूरी बाई दा तेनू तां मैं पीण दा बहाना चाहीदा ओ भगते च लैणा खाड़ा संधू दा लवां ओ रुकणे बेगू लैणा खाड़ा संधू दा लवां
तेनू हर वेले दारू दिया हर वेले रहिंदा तेनू ठेके आंदा हर वेले रहिंदा तेनू बोतल आंदा चा वीर दे ब्याह में जाना गज वज के लो जी लड़ाई वध गई पूरी कहिंदी वीर दे ब्याह मैं गज वज के जाना टौर कढ के भी जा भाई कोई गल जाऊंगा मैं भी टौर कढ के पर मेरी एक शर्त है वो केड़ी है परण हो जा मैं ब्याह नहीं जाना गुस्सा बहुत जालम है मेरा परेड हो जा चलो अगे थोड़ा जिहा गांह नूं चलो हुण पिछे नूं हो जाओ होर अगे नूं हो जाओ हुण पेकी जाना ना जिवें मर्जी कही जाओ उवें अखे लगी जाओ उवें जिवें रिमोट ते हो जांदा काम ऊ नहीं अखे लगना हां किवें जाना ब्याह दस वीर दे ब्याह में जाना गज वज के मेरी भी शर्त सुन ला फिर मैं भी बिल्लो दारू उत्थे पीऊ रज के एक ठीक गल है पहले ही पता सी इहदी ही शर्त होनी है वीर दे ब्याह में जाना गज वज के ओ मैं भी बिल्लो दारू उत्थे पीऊ रज के चंगा उत्थे तेनू वढ़ देंगे फाहा जिन्नी मर्जी पी ली उत्थे तेनू दारू नाल देवांगे नमा उत्थे तेनू दारू नाल देवांगे नमा कहिंदी टैणा साहब कहिंदी मेरे पेकी जिन्नी मर्जी पी ली क्यों उत्थे जूस बन जांदा ताकत आ जांदी उहदे च इत्थे नहीं पीनी है ना इत्थे की दस तेरे सप लड़दे दस तेरे सप लड़दे इत्थे नहीं पीनी हर वेले रहिंदा तैनू हर वेले रहिंदा तैनू ठेके आंदा जा तैनू ठेके आंदा जा तैनू ठेके आंदा जा तैनू पेके आंदा जा तैनू ठेके आंदा जा तैनू पेके आंदा जा